ਹੈਲੋ ਜੀ ਆਪਾਂ ਅੱਜ ਹਵੇਲੀ 'ਚ ਇੱਥੇ ਇਕੱਠੇ ਹੋਏ ਯਾਰ ਬੇਲੀ 3 ਵਜੇ ਅਤੇ ਹੁਣ ਆਪਾਂ ਨੂੰ ਆਪਣੇ ਵੀਰ ਜੀ ਦੀਪ ਦਮਨ ਜੀ ਦੱਸਣਗੇ ਨਿਤੇਸ਼ ਨਾਰੰਗ ਜੀ ਦੱਸਣਗੇ ਕਿਵੇਂ ਕੁੜੀਆਂ ਦੇ ਅਤੇ ਮੁੰਡਿਆਂ ਦੀ ਅਟੈਂਡੈਂਸ ਸ਼ੋਰਟ ਹੋ ਜਾਂਦੀ ਕਾਲਜ 'ਚ ਕਾਲਜ ਟਾਈਮ ਦੇ ਵਿੱਚ ਦੀਪ ਦਮਨ ਦੱਸਣ ਲੱਗੇ ਚਲੋ ਪਹਿਲਾਂ ਇੱਕ ਵਾਰੀ ਇੰਟਰੋ ਨਾ ਕਰ ਲਈ ਮੈਂ ਕਹਿੰਦਾ ਸਾਰਿਆਂ ਨੂੰ ਆਪਣੇ ਬਾਬਾ ਜੀ ਗਗਨਦੀਪ ਸਿੰਘ ਗਗਨਦੀਪ ਸਿੰਘ ਉਰਫ ਬਾਬਾ ਅਤੇ ਦੀਪ ਦਮਨ ਇਹਨਾਂ ਨੂੰ ਦਮਨ ਕਹਿੰਦੇ ਆ ਇਹ ਨਿਤੇਸ਼ ਨਾਰੰਗ ਉਰਫ ਰਤੀਆ ਜਾਂ ਰਿਸਕੀ ਵੀ ਕਹਿ ਸਕਦੇ ਹਾਂ ਮੈਂ ਚੌਧਰੀ ਸ਼ੁਭਮ ਚੌਧਰੀ ਇਹ ਆਪਣੇ ਮੋਹਿਤ ਮੱਕੜ ਸੇਠ ਕਹਿੰਦੇ ਇਹਨਾਂ ਨੂੰ ਨਿਤ ਉਡੀਕਾਂ ਕਰੀਏ ਨੀਨੋ ਚਾਲੀ ਤੇ ਕਾਲਜ ਲੱਗਦਾ ਨੀਨੋ ਚਾਲੀ ਤੇ ਕਾਲਜ ਲੱਗਦਾ ਅਸੀਂ ਸਵਾ 10 ਬੜੀਏ ਨੀ ਪੀਰੀਅਡ ਮਿਸ ਹੋ ਜਾਂਦਾ ਰੋਜ਼ ਹੀ ਤੇਰੇ ਫਿਕਰਾਂ ਨੇ ਖਾ ਲੈ ਨੀ ਤੇਰੇ ਪਿੱਛੇ ਘੁੰਮਦੇ ਆਨੇ ਲੈਕਚਰ ਸ਼ਾਰਟ ਕਰਾ ਲੈ ਨੀ ਤੇਰੇ ਪਿੱਛੇ ਘੁੰਮਦੇ ਆਨੇ ਲੈਕਚਰ ਸ਼ਾਰਟ ਕਰਾ ਲੈ ਨੀ ਤੇਰੇ ਪਿੱਛੇ ਘੁੰਮਦੇ ਆਨੇ ਫੀਸ ਜਿਨਾ ਦੀ ਰਹਿੰਦੀ ਨੀ ਲੰਘ ਗਈ ਡੇਟ ਅਖੀਰੀ ਵੀ ਅੱਜ ਬਸ ਗੇ 10 ਕੀ ਕਰੀਏ ਨੀ ਤੇਰੇ ਲਈ ਲੈ ਲਈ ਮੁੰਦਰੀ ਫੀਸ ਕਿਥੋਂ 10 ਭਰੀਏ ਨੀ ਤੇਰੇ ਲਈ ਲੈ ਲਈ ਮੁੰਦਰੀ ਚੁਰਦਾ ਲਾਲੀ ਅੱਜ ਦਰਾਹੇ ਵਾਲਾ ਨੀ ਆਪ ਤਾਂ ਬੀਏ ਕਰ ਜਾਣੀ ਤੈ ਫਸਟ ਡਿਵੀਜ਼ਨ ਲੈ ਕੇ ਨੀ ਮਿੱਤਰਾਂ ਦਾ ਸਾਲ ਕੁੜੇ ਰੱਖਤਾ ਵਿੱਚ ਫਸਾ ਕੇ ਨੀ ਮਿੱਤਰਾਂ ਦਾ ਸਾਲ ਕੁੜੇ ਜਿੱਥੇ